ਗੋਲੇ ਗਿਰੇ ਜਾਂਦੇ ਆ ਗੈਸ ਦੇ ਪੰਜ ਸੱਤ ਕੱਠੇ ਤੇ ਉੱਥੇ ਜੋ ਭਗਦੜ ਮੱਚ ਜਾਂਦੀ ਆ ਉਤੋਂ ਕੀ ਹੈ ਜੀ ਦੋ ਤਿੰਨ ਮੁੰਡੇ ਪਾਪਾ ਨੂੰ ਫੜ ਕੇ ਸਾਈਡ ਤੇ ਲੈ ਕੇ ਆਉਂਦੇ ਆ ਤੇ ਉਹਦਾ ਤੇ ਪਾਣੀ ਪਾਇਆ ਜਾਂਦਾ ਅੱਖਾਂ ਤੇ ਵੀ ਸਿਰ ਤੇ ਵੀ ਤੇ ਉਹਨਾਂ ਤੇ ਪਾਣੀ ਦੀ ਬਛਾਰ ਵੀ ਮਾਰੀ ਜਾਂਦੀ ਆ ਤੇ ਉਹ ਉਹਨਾਂ ਦੀ ਜਿਹੜੀ ਅਸਰ ਸੀਗਾ ਆਸੂ ਗੈਸ ਦਾ ਉਹਨੂੰ ਨਿਊਟਰਲਾਈਜ਼ ਕਰਨ ਲਈ ਮਾਰਿਆ ਜਾਂਦਾ ਜੀ। ਅੱਛਾ ਤੇ ਉਹ ਇੱਕ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ 'ਚ ਕਿਹਾ ਜਾ ਰਿਹਾ ਕਿ ਸ਼ਾਇਦ ਉਹਨਾਂ ਨੂੰ ਕੁੱਟਿਆ ਗਿਆ ਤੇ ਪਾਣੀ ਬਾਅਦ 'ਚੋਂ ਕਰਕੇ ਬਚ ਲੁਕੀ ਕੀਤੀ, ਕੁਛ ਐਵੇਂ ਹੋਇਆ? ਅਸਲ 'ਚ ਐਸਾ ਕੁਛ ਨਹੀਂ ਹੋਇਆ ਜੀ, ਇਹ ਸਿਰਫ ਅੰਦੋਲਨ ਨੂੰ ਇਸ ਪਛਾਣ ਵਾਸਤੇ ਕੀਤਾ ਜਾ ਰਿਹਾ ਸ਼ਰਾਰਤੀ ਅਨਸਰਾਂ ਵੱਲੋਂ ਕਿ ਅੰਦੋਲਨ 'ਚ ਕੋਈ ਜਾਵੇ ਨਾ, ਉਦਾਂ ਦੀ ਕੋਈ ਸਪੋਰਟ ਨਾ ਕਰੇ। ਸੋ ਐਸਾ ਕੁਛ ਨਹੀਂ ਹੈ, ਕਿਸੇ ਦੇ ਰੋਕੇ ਅੰਦੋਲਨ ਰੁਕਣਾ ਨਹੀਂ, ਕਿਸੇ ਨੇ ਉੱਥੇ ਬਦਸਲੂਕੀ ਨਹੀਂ ਕੀਤੀ, ਉਹਨਾਂ ਨੇ ਉਲਟਾ ਵੈਲਕਮ ਕਰ ਰਹੇ ਹੈ। ਐਸਾ ਕੁਛ ਨਹੀਂ ਹੈ ਉੱਥੇ, ਕੋਈ ਕਿਸੇ ਨਾਲ ਬਦਸਲੂਕੀ ਕਰ ਰਹੇ। ਤੁਸੀਂ, ਤੁਹਾਡਾ ਕੀ ਨਾਂ ਹੈ ਜੀ ਪੂਰਾ? ਮੇਰਾ ਗਗਨਦੀਪ ਸਿੰਘ ਜਗਾਲਪੁਰ। ਗਗਨ, ਕਿੱਥੇ ਨੇ ਵਿਧਾਇਕ ਸਾਹਿਬ ਹੁਣ? ਠੀਕ ਨੇ ਵੈਸੇ ਉਹਨਾਂ ਦੇ ਗੈਸ ਤੇ? ਬਿਲਕੁਲ ਜੀ, ਉਹ ਪ੍ਰੈਸ ਵਾਲੇ ਹੀ ਹੈਗੇ ਆ। ਠੀਕ ਹੈ, ਜਿਵੇਂ ਇਹਨਾਂ ਨਾਲ ਇੰਟਰਵਿਊ ਚੱਲ ਰਹੀ ਹੈ ਜੀ ਉਹਨਾਂ ਦੀ। ਠੀਕ ਹੈ ਜੀ, ਸ਼ੰਭੂ ਜਿਹੜਾ ਹੈਗਾ ਬਾਰਡਰ ਜਿਹੜਾ ਪੈਂਦਾ ਉਹ ਸਾਡੇ ਹਲਕੇ ਘਨੌਰ ਦੇ ਵਿੱਚ ਪੈਂਦਾ ਤੇ ਸਾਡਾ ਪਹਿਲ ਦੇ ਆਧਾਰ ਤੇ ਫਰਜ਼ ਬਣਦਾ ਕਿ ਆਮਦਾਤਾ ਨੂੰ ਬਚਾਈਏ ਤੇ ਅਸੀਂ ਉੱਥੇ ਜ਼ਰੂਰ ਜਾਵਾਂਗੇ। ਸ਼ੁਕਰੀਆ ਜੀ, ਸ਼ੁਕਰੀਆ ਜਲਾਲਪੁਰ ਸਾਹਿਬ।